ਸਟੂਡੈਂਟਸ ਅਵਲ ਅਕੈਡਮੀ ਆਫ এডੂਕੇਸ਼ਨਸ ਤੁਹਾਡਾ ਸਵਾਗਤ ਹੈ ਹੋਣ ਪੀਸੀਐਸ ਇਗਜ਼ਾਮ ਦੀ ਪ੍ਰੀਲਿਮਸ ਦੀ ਤਿਆਰੀ ਦੀ ਲੜੀ ਵਿੱਚ ਅੱਜ ਆਪਾਂ ਪੇਪਰ 1 ਜੋ ਹੈ ਪ੍ਰੀਲਿਮਸ ਦਾ ਜਨਰਲ ਸਟਡੀ ਦਾ ਉਹਦਾ ਜੋ ਪਹਿਲਾ ਟੌਪਿਕ ਹੈ एवरीडे ਸਾਇੰਸ ਉਸ ਪਹਿਲੇ ਟੌਪਿਕ ਦਾ ਜੋ ਪਹਿਲਾ ਪਾਰਟ ਹੈ ਸਟੇਟਸ ਆਫ ਮੈਟਰ ਯਾਨੀ ਪਦਾਰਥ ਦੀਆਂ ਅਵਸਥਾਵਾਂ ਤਾਂ ਜੋ ਟੈਕਨੀਕਲ ਸ਼ਬਦ ਹੈ ਅਸੀਂ ਉਹ ਇਹਦੇ ਚ ਬ੍ਰੈਕਟਸ ਚ ਲਿਖਾਂਗੇ ਬਾਕੀ ਸਾਰਾ ਪੰਜਾਬੀ ਚ ਹੋਏਗਾ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਵੇ ਹੁਣ ਪਦਾਰਥ ਦੀਆਂ ਅਵਸਥਾਵਾਂ ਜੋ ਮੈਟਰ ਹੈ ਇਸ ਤੋਂ ਜਾਣੇ ਤੋਂ ਪਹਿਲਾਂ ਤੁਹਾਨੂੰ ਮੈਟਰ ਯਾਨੀ ਪਦਾਰਥ ਦੇ ਬਾਰੇ ਕੁਝ ਪਤਾ ਹੋਣਾ ਚਾਹੀਦੀ ਹੈ ਬੇਸਿਕ ਨੋਲਿਜ ਹੋਣੀ ਚਾਹੀਦੀ ਹੈ। ਰਾਈਟ? ਤਾਂ ਸਭ ਤੋਂ ਪਹਿਲਾਂ ਜੋ ਪਦਾਰਥ ਹੈ ਉਹ ਸੁਖਮ ਛੋਟੇ-ਛੋਟੇ ਕਣਾਂ ਤੋਂ ਮਿਲ ਕੇ ਬਣਦਾ ਹੈ। ਇਹ ਇੰਨੇ ਛੋਟੇ ਹੁੰਦੇ ਹਨ ਕਿ ਆਪਾਂ ਸੋਚ ਵੀ ਨਹੀਂ ਸਕਦੇ। ਹੁਣ ਪਦਾਰਥ ਕੀ ਹੈ ਜੋ ਆਪਣੇ ਚਾਰੇ ਤਰਫ ਜੋ ਚੀਜ਼ਾਂ ਆਪਾਂ ਨੂੰ ਨਜ਼ਰ ਆ ਰਹੀਆਂ ਨੇ ਉਹ ਸਾਰੀਆਂ ਪਦਾਰਥ ਨੇ। ਅਤੇ ਇਹ ਸਾਰੀਆਂ ਜੋ ਛੋਟੇ-ਛੋਟੇ ਕਣਾਂ ਤੋਂ ਸੂਖਮ ਕਣਾਂ ਤੋਂ ਮਿਲ ਕੇ ਬਣਦੀਆਂ ਹਨ ਇਹ ਇੰਨੇ ਛੋਟੇ ਹੁੰਦੇ ਹਨ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹਨਾਂ ਦਾ ਸਾਈਜ਼ ਕਿੰਨਾ ਹੈ ਠੀਕ ਹੈ ਉਸ ਤੋਂ ਬਾਅਦ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ ਠੀਕ ਹੈ ਅਗਲੀ ਚੀਜ਼ ਇਹ ਹੈ ਕਿ ਪਦਾਰਥ ਦੇ ਕਣ ਜਿਹੜੇ ਨੇ ਉਹ ਨਿਰੰਤਰ ਗਤੀਸ਼ੀਲ ਇਹ ਗਤੀ ਚਰਦੇ ਨੇ ਚਲਦੇ ਰਹਿੰਦੇ ਨੇ ਹਮੇਸ਼ਾ ਤੇ ਉਹਨਾਂ ਵਿੱਚ ਜੋ ਹੈ ਕਿਹੜੀ ਊਰਜਾ ਕੰਮ ਕਰਦੀ ਹੈ ਗਤੀਜ ਊਰਜਾ ਜਿਹਨੂੰ ਆਪਾਂ ਕਾਈਨੇਟਿਕ એનર્ਜੀ ਵੀ ਕਹਿ ਦਿੰਨੇ ਹਾਂ ਠੀਕ ਹੈ ਜਦੋਂ ਆਪਾਂ ਟੈਂਪਰੇਚਰ ਵਧਾਵਾਂਗੇ ਕਿਸੇ ਚੀਜ਼ ਨੂੰ ਗਰਮ ਕਰਾਂਗੇ ਕਿਸੇ ਮੈਂਟਰ ਨੂੰ ਗਰਮ ਕਰਾਂਗੇ ਤਾਂ ਇਹ ਜੋ ਹੈ ਤਾਪਮਾਨ ਨਾਲ ਤਾਪਮਾਨ ਵਧਣ ਨਾਲ ਵੱਧ ਜਾਂਦੀ ਹੈ ਉਸ ਤੋਂ ਬਾਅਦ ਮੇਨ ਇੰਪੋਰਟੈਂਟ ਗੱਲ ਕੀ ਹੈ ਵਿਸਰਣ ਜਾਂ ਪ੍ਰਸਰਣ ਯਾਨੀ ਡਿਫਿਊਜ਼ਨ ਨੂੰ ਪੰਜਾਬੀ ਵਿੱਚ ਸ਼ਿਕਾਇਦ ਦਿੰਦੇ ਹਾਂ ਕਿ ਜਦੋਂ ਦੋ ਵੱਖਰੇ ਪਦਾਰਥ ਆਪਸ ਵਿੱਚ ਮਿਲਦੇ ਹਨ ਤਾਂ ਦੋ ਵੱਖਰੇ ਪਦਾਰਥਾਂ ਦੇ ਕਣਾਂ ਨੂੰ ਆਪਣੇ ਆਪ ਮਿਲਣ ਦੀ ਕਿਰਿਆ ਜਿਹੜੀ ਹੁੰਦੀ ਹੈ ਉਹ ਵਿਸਰਣ ਜਾਂ ਪ੍ਰਸਰਣ ਡਿਫਿਊਜ਼ਨ ਵੀ ਕਹਿ ਦਿੰਦੇ ਹਾਂ ਆਪਾਂ ਜਿਸ ਤਰ੍ਹਾਂ ਕਿ ਆਪਾਂ ਹਵਾ 'ਚ ਸੈਂਟ ਛਿੜਕਦੇ ਹਾਂ ਜਾਂ ਪਾਣੀ 'ਚ ਸ਼ਾਈ ਕੋਲ ਦਿੰਦੇ ਹਾਂ ਤਾਂ ਇਹ ਸਾਰੇ ਕੀ ਹੈ ਡਿਫਿਊਜ਼ਨ ਹੈ ਆ ਪ੍ਰਸਰਣ ਹੈ ਠੀਕ ਹੈ ਉਸ ਤੋਂ ਬਾਅਦ ਜੋ ਪਦਾਰਥ ਦੇ ਕਣ ਹਨ ਉਹ ਇੱਕ ਦੂਜੇ ਨੂੰ ਆਕਰਸ਼ਿਤ ਯਾਨੀ ਅਟਰੈਕਟ ਕਰਦੇ ਹਨ ਤਾਂ ਇਸ ਆਕਰਸ਼ਨ ਲਈ ਜਿਹੜਾ ਬਲ ਕੰਮ ਕਰ ਰਿਹਾ ਹੈ ਉਹਨੂੰ ਆਪਾਂ ਫੋਰਸ ਆਫ ਅਟਰੈਕਸ਼ਨ ਕਹਿ ਦਿੰਦੇ ਹਾਂ ਤਾਂ ਇਹੀ ਜੋ ਫੋਰਸ ਆਫ ਅਟਰੈਕਸ਼ਨ ਹੈ ਇਹ ਕਣਾਂ ਨੂੰ ਇਕੱਠਾ ਕਰਕੇ ਰੱਖਦਾ ਹੈ ਜਿਸ ਤਰ੍ਹਾਂ ਕਿ ਮੇਰੇ ਹੱਥ ਚ ਇੱਕ ਮਾਰਕਰ ਹੈ ਇਹ ਕਣਾਂ ਨੂੰ ਇਕੱਠਾ ਕਰਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਤਾ ਇਸ ਫੋਰਸ ਆਫ ਅਟਰੈਕਸ਼ਨ ਦੇ ਕਾਰਨ ਹੀ ਆਪਾਂ ਨੂੰ ਇੱਕ ਮਾਰਕਰ ਨਜ਼ਰ ਆ ਰਿਹਾ ਹੈ ਜਦੋਂ ਇਹ ਅਲੱਗ-ਅਲੱਗ ਹੋ ਗਏ ਤਾਂ ਇਹ ਵੀ ਖਤਮ ਹੋ ਜਾਏਗਾ ਰਾਈਟ ਇਹਨੂੰ ਧਿਆਨ ਨਾਲ ਸਮਝੋ ਹੁਣ ਆਪਾਂ ਪਦਾਰਥ ਦੀਆਂ ਅਵਸਥਾਵਾਂ ਜੋ ਕਿ ਸਟੇਟਸ ਆਫ ਮੈਟਰ ਨੇ ਉਹਦੇ ਡਿਸਕਸ਼ਨ ਕਰਾਂਗੇ ਏ ਬੇਸਿਕਲੀ ਤਿੰਨ ਅਵਸਥਾਵਾਂ ਨੇ ਠੋਸ ਅਵਸਥਾ ਦਾ ਸੋਲਿਡ ਸਟੇਟ ਦਰਵਾ ਅਵਸਥਾ ਦਾ ਲਿਕਵਿਡ ਸਟੇਟ ਐਂਡ ਗੈਸੀ ਅਵਸਥਾ ਦਾ ਗੈਸੀਅਸ ਸਟੇਟ ਠੀਕ ਹੈ ਜੀ ਨੰਬਰ 1 ਠੋਸਾਂ ਦੇ ਕਣਾਂ ਵਿੱਚ ਆਕਰਸ਼ਣ ਬਲ ਸਭ ਤੋਂ ਵੱਧ ਹੁੰਦਾ ਹੈ ਸਭ ਤੋਂ ਵੱਧ ਹੁੰਦਾ ਹੈ ਠੀਕ ਹੈ ਜੀ ਦਰਵਾ ਅਵਸਥਾ ਵਿੱਚ ਚਲੋ ਪਹਿਲਾਂ ਠੋਸਾਂ ਦੇ ਕਣਾਂ ਵਿੱਚ ਆਕਰਸ਼ਣ ਬਲ ਸਭ ਤੋਂ ਵੱਧ ਹੁੰਦਾ ਹੈ ਤੇ ਕਣਾਂ ਦੇ ਵਿੱਚ ਖਾਲੀ ਥਾਂ ਅਤੇ ਗਤੀਜ ਊਰਜਾ ਖਾਲੀ ਥਾਂ ਓਪਨ ਸਪੇਸ ਅਤੇ ਗਤੀਜ ਊਰਜਾ ਕਾਈਨੇਟਿਕ એનર્ਜੀ ਸਭ ਤੋਂ ਘੱਟ ਹੁੰਦੀ ਹੈ ਠੀਕ ਹੈ ਕਣਾਂ ਦੀ ਵਿਵਸਥਾ ਵਧੇਰੇ ਤਰਤੀਬ ਵਿੱਚ ਹੁੰਦੀ ਹੈ ਅਰੇਂਜਡ ਬਿਊਟੀਫੁਲੀ ਅਤੇ ਨਿਸ਼ਚਿਤ ਆਕਾਰ ਸਪਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ਇਹ ਕੁਝ ਠੋਸਾਂ ਦੇ ਗੁਣ ਹਨ ਦਰਵ ਆਵਸਥਾ ਲਿਕਵਿਡ ਸਟੇਟ ਇਹਨਾਂ ਵਿੱਚ ਆਕਰਸ਼ਨ ਬਲ ਠੋਸਾਂ ਅਤੇ ਗੈਸਾਂ ਦੇ ਵਿਚਕਾਰ ਹੁੰਦਾ ਹੈ ਉਹਨਾਂ ਵਿੱਚ ਖਾਲੀ ਥਾਂ ਤੇ ਗਤੀਜ ਉर्जा ਸਭ ਤੋਂ ਘੱਟ ਹੁੰਦੀ ਹੈ ਇਹਦੇ ਵਿੱਚ ਖਾਲੀ ਥਾਂ ਤੇ ਗਤੀਜ ਉर्जा ਜੋ ਹੈ ਠੋਸਾਂ ਅਤੇ ਗੈਸਾਂ ਦੇ ਵਿਚਕਾਰ ਹੁੰਦੀ ਹੈ ਠੀਕ ਹੈ ਅਤੇ ਦਰਵਾ ਵਿੱਚ ਕਣਾਂ ਦੀਆਂ ਪਰਤਾਂ ਇੱਕ ਦੂਜੇ ਉੱਤੇ ਫਿਸਲ ਅਤੇ ਸਰਕ ਸਲਿੱਪ ਐਂਡ ਸਲਾਈਡ ਕਰ ਸਕਦੀਆਂ ਹਨ ਇਹਨਾਂ ਦਾ ਕੋਈ ਆਕਾਰ ਨਹੀਂ ਪਰ ਆਇਤਨ ਨਿਸ਼ਚਿਤ ਹੁੰਦਾ ਹੈ ਜਾਂ ਤੇ ਜਿਸ ਬਰਤਨ ਚ ਅਪਾ ਨੂੰ ਪਾਉਂਦੇ ਆ ਜਿਸ ਪਾਂਡੇ ਚ ਪਾਣਿਆ ਇਹ ਉਸਦਾ ਆਕਾਰ ਲੈ ਲੈਂਦੇ ਠੀਕ ਹੈ ਜਿਵੇਂ ਪਾਣੀ ਨੂੰ ਜਾਂ ਦੁੱਧ ਨੂੰ ਜਾਂ ਤੇਲ ਨੂੰ ਜਿਸ ਵੀ ਪਾਂਡੇ ਚ ਪਾਵਾਂਗੇ ਉਸਦਾ ਆਕਾਰ ਲੈ ਲਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਗੈਸੀਅਸ ਜੋ ਤੀਜੀ ਸਟੇਟ ਹੋਗੀ ਉਹ ਹੋਗੀ ਗੈਸੀ ਅਵਸਥਾ ਗੈਸੀਅਸ ਸਟੇਟ ਇਹਦੇ ਕਣਾਂ ਵਿੱਚ ਆਕਰਸ਼ਨ ਬਲ ਠੋਸਾਂ ਤੇ ਗੈਸਾਂ ਵਿੱਚੋਂ ਸਭ ਤੋਂ ਘੱਟ ਠੋਸਾਂ ਤੇ ਦਰਵਾਂ ਵਿੱਚੋਂ ਸਭ ਤੋਂ ਘੱਟ ਹੁੰਦਾ ਹੈ ਤੀਜੀ ਨੰਬਰ ਤੇ ਆਉਂਦੇ ਨੇ ਠੀਕ ਹੈ ਇਸੇ ਤਰ੍ਹਾਂ ਇਹਦੇ ਵਿੱਚ ਖਾਲੀ ਥਾਂ ਅਤੇ ਗਤੀਜ ਊਰਜਾ ਕਾਈਨੇਟਿਕ એનર્ਜੀ ਜੋ ਹੈ ਸਭ ਤੋਂ ਘੱਟ ਹੁੰਦੀ ਹੈ ਠੋਸ ਅਤੇ ਦਰਵ ਦੀ ਅਪੇਕਸ਼ਾ 'ਚ ਅਤੇ ਇਹਨਾਂ ਦਾ ਜੋ ਅਰੇਂਜਮੈਂਟ ਆਫ ਮੋਲੀਕੂਲਸ ਕਣ ਨੇ ਜੋ ਹਨ ਦੇ ਕਣਾਂ ਦੀ ਕੋਈ ਤਰਤੀਬ ਨਹੀਂ ਹੁੰਦੀ ਤੇ ਉਹ ਇੱਧਰ ਉੱਧਰ ਅਨਿਮਿਤ ਰੂਪ ਵਿੱਚ ਚਲਦੇ ਰਹਿੰਦੇ ਹਨ ਗਤੀਸ਼ੀਲ ਰਹਿੰਦੇ ਹਨ ਠੀਕ ਹੈ ਅਤੇ ਇਹਨਾਂ ਦਾ ਵੀ ਕੋਈ ਆਕਾਰ ਨਹੀਂ ਹੁੰਦਾ ਔਰ ਕੋਈ ਵੀ ਆਇਤਨ ਜੋ ਹੈ ਨਿਸ਼ਚਿਤ ਨਿਸ਼ਚਿਤ ਆਇਤਨ ਹੁੰਦਾ ਹੈ ਇਹਨਾਂ ਦਾ ਔਰ ਇਹ ਇਹ ਵੀ ਉਸੇ ਉਹਦਾ ਬਰਤਨ ਦਾ ਆਕਾਰ ਲੈ ਲੈਂਦੇ ਹਾਂ ਜਿਸ ਜਿਹਦੇ ਵਿੱਚ ਆਪਾਂ ਇਹਨਾਂ ਨੂੰ ਪਾਵਾਂਗੇ ਰਾਈਟ ਸਟੂਡੈਂਟਸ ਹੁਣ ਅੱਜ ਦੇ ਵੀਡੀਓ ਚ ਸਿਰਫ ਇੰਨਾ ਹੀ ਅਗਲੇ ਵੀਡੀਓ ਚ ਆਪਾਂ ਠੋਸ ਦਰਵ ਤੇ ਗੈਸੀ ਦਾ ਸੋਲਿਡ ਸਟੇਟ ਲਿਕਵਿਡ ਸਟੇਟ ਔਰ ਗੈਸੀਸ ਸਟੇਟ ਉਤੇ ਕੁਝ ਹੋਰ ਚੰਦਣਾ ਪਾਵਾਂਗੇ ਕੁਝ ਹੋਰ ਗੁਣਾਵਾਰੇ ਇਹਨਾਂ ਦੇ ਡਿਸਕਸ ਕਰਾਂਗੇ ਉਦੋਂ ਤੱਕ ਤੁਸੀਂ ਇਹਦਾ ਅਭਿਆਸ ਕਰੋ ਪੜੋ ਤੇ ਪਸੰਦ ਆਏ ਤੇ ਸਾਨੂੰ ਲਾਈਕ ਸ਼ੇਅਰ ਅਤੇ ਹੋਰ ਬੱਚਿਆਂ ਨੂੰ ਸਬਸਕ੍ਰਾਈਬ ਜਰੂਰ ਕਰਵਾਓ ਤਾਂ ਕਿ ਕਿਸੇ ਹੋਰ ਬੱਚੇ ਦਾ ਵੀ ਭਲਾ ਹੋ ਸਕੇ ਠੀਕ ਹੈ ਕੋਈ ਵਧੇਰੀ ਜਾਣਕਾਰੀ ਜਾਣਕਾਰੀ ਲਈ ਤੁਸੀਂ ਸਾਨੂੰ ਸਾਡੇ ਵੀਡੀਓ ਦੇ ਚੈਨਲ ਦੇ ਕਮੈਂਟ ਸੈਕਸ਼ਨ 'ਚ ਜਾ ਕੇ ਤੁਸੀਂ ਸਾਨੂੰ ਡਿਸ ਵਾਲੇ ਨਾਲ ਡਿਸਕਸ ਕਰ ਸਕਦੇ ਹੋ ਪੁੱਛ ਸਕਦੇ ਹੋ ਤਿਆਰੀ ਕਰੋ ਅੱਛੀ ਤਰ੍ਹਾਂ ਬੈਸਟ ਆਫ ਲੱਕ ਗੁੱਡ ਬਾਏ ਟਿਲ ਦਾ ਨੈਕਸਟ ਵੀਡੀਓ